ਬਠਿੰਡਾ ਦੀ 100 ਫੁੱਟੀ ਰੋਡ 'ਤੇ ਸ਼ਾਰਟ ਸਰਕਟ ਦੇ ਕਾਰਨ ਇੱਕ ਦੁਕਾਨ ਨੂੰ ਲੱਗੀ ਅੱਗ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਮੌਕੇ 'ਤੇ, ਅੱਗ 'ਤੇ ਉਹਨਾਂ ਵੱਲੋਂ ਪਾਇਆ ਗਿਆ ਕਾਬੂ। ਮਾਮਲਾ ਬਠਿੰਡਾ ਦੀ 100 ਫੁੱਟੀ ਰੋਡ ਦਾ ਸ਼ਨੀਵਾਰ ਨੂੰ 10 ਵਜੇ ਦੇ ਲਗਭਗ ਦੁਕਾਨਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਆਂਢ ਗੁਆਂਢ ਦੀ ਦੁਕਾਨ ਦੇ ਵਿੱਚੋਂ ਕੋਈ ਫੋਨ ਗਿਆ ਸੀ ਕਿ ਉਹਨਾਂ ਦੀ ਦੁਕਾਨ 'ਤੇ ਅੱਗ ਲੱਗ ਚੁੱਕੀ ਹੈ, ਤਾਂ ਉਹਨਾਂ ਨੇ ਜਾ ਕੇ ਫਾਇਰ ਟੈਂਡਰ ਦੀਆਂ ਗੱਡੀਆਂ ਨੂੰ ਫੋਨ ਕੀਤਾ ਅਤੇ ਉਹਨਾਂ ਕਿਹਾ ਕਿ ਪੂਰਾ ਫਰਨੀਚਰ ਬਿਲਕੁਲ ਸੜ ਕੇ ਸਵਾਹ ਹੋ ਚੁੱਕਾ ਹੈ। ਇਹ ਫਾਸਟ ਫੂਡ ਦੀ ਦੁਕਾਨ ਸੀ ਅਤੇ ਇਸ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ, ਜਿਸ ਨੂੰ ਲੈ ਕੇ ਫਾਇਰ ਟੈਂਡਰ ਦੀ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਉਹਨਾਂ ਵੱਲੋਂ ਅੱਗ 'ਤੇ ਇੱਥੇ ਆ ਕੇ ਕਾਬੂ ਪਾਇਆ ਗਿਆ। ਉਹਨਾਂ ਕਿਹਾ ਕਿ ਫਰਨੀਚਰ ਬਿਲਕੁਲ ਸੜ ਕੇ ਸਵਾਹ ਹੋ ਚੁੱਕਾ ਹੈ ਅਤੇ ਬਾਕੀ ਹਜੇ ਅੰਦਰ ਵੜ ਕੇ ਬਾਅਦ ਦੇ ਵਿੱਚ ਅੰਦਾਜ਼ਾ ਲਗਾਇਆ ਜਾਵੇਗਾ ਕਿੰਨਾ ਕੁ ਨੁਕਸਾਨ ਹੋਇਆ। ਦੇਖ ਲਓ, ਇਹ ਅਸੀਂ ਦਿਖਾ ਰਹੇ ਬਠਿੰਡਾ ਦੇ 100 ਫੁੱਟੀ ਰੋਡ ਦੀਆਂ ਤਸਵੀਰਾਂ ਜਿੱਥੇ ਸ਼ਾਰਟ ਸਰਕਟ ਦੇ ਕਾਰਨ ਇੱਕ ਫਾਸਟ ਫੂਡ ਦੀ ਦੁਕਾਨ ਨੂੰ ਅੱਗ ਲੱਗੀ ਹੈ, ਜਿਸ ਦੇ ਵਿੱਚ ਕਾਫੀ ਨੁਕਸਾਨ ਹੋ ਚੁੱਕਾ ਹੈ। ਹਾਂਜੀ ਵੀਰ ਜੀ, 100 ਫੁੱਟੀ 'ਤੇ ਬੰਟੀ ਸਿੰਗਲਾ ਜੀ, ਇਹ ਫਾਸਟ ਫੂਡ ਦੀ ਦੁਕਾਨ ਸੀ ਇਟਾਲੀਅਨ ਮਾਸਟਰ ਦੇ ਨਾਮ 'ਤੇ ਜੀ, ਅਤੇ ਸੁਬਹਾ ਫੋਨ ਆਇਆ ਤੁਰਿਆਂ ਦਾ ਕਿ ਤੁਹਾਡੇ ਦੁਕਾਨ ਦੇ ਵਿੱਚ ਅੱਗ ਲੱਗੀ, ਅਤੇ ਆ ਕੇ ਦੇਖਿਆ ਸ਼ਾਰਟਕੱਟ ਸਰਕਟ ਕਾਰਨ ਕੋਈ ਅੱਗ ਲੱਗ ਗਈ ਹੈ ਜੀ, ਅਤੇ ਬਾਕੀ ਨੁਕਸਾਨ ਦੇਖਦੇ ਵੀਰ ਜੀ, ਅੰਦਰ ਜਾਵਾਂਗੇ ਫਿਰ ਹੌਲੀ ਹੌਲੀ ਪਤਾ ਲੱਗੂ, ਪਰ ਫਰਨੀਚਰ ਮੱਚ ਚੁੱਕਿਆ ਜੀ, ਮੇਨ ਫਰਨੀਚਰ ਹੀ ਹੁੰਦਾ, ਫਰਨੀਚਰ ਮੱਚ ਚੁੱਕਿਆ ਜੀ। ਵੀਰ ਜੀ, ਸਾਨੂੰ ਫੋਨ ਆਇਆ ਜੀ ਆਂਢ ਗੁਆਂਢ ਦੇ ਵਿੱਚੋਂ ਕਿ ਦੁਕਾਨ ਦੇ ਲੱਗੇ। ਮੇਰਾ ਪ੍ਰਮੋਦ ਕੁਮਾਰ, ਫਾਇਰ ਅਫਸਰ, ਨਗਰ ਨਿਗਮ ਬਠਿੰਡਾ। ਇਹ ਪੀਜੇ ਦੀ ਦੁਕਾਨ ਸੀਗੀ, ਸ਼ੋਪ ਸੀ, ਮਤਲਬ ਇਹਨੂੰ ਅੱਗ ਲੱਗੀ ਸੀ। ਨੁਕਸਾਨ ਤਾਂ ਸਾਰਾ, ਮਤਲਬ ਫਰਨੀਚਰ ਵਗੈਰਾ ਅਤੇ ਫਿਟਿੰਗ ਸਾਰੀ ਖਤਮ ਹੋ ਗਈ। 3 ਗੱਡੀਆਂ ਆਈਆਂ, ਹਾਂਜੀ, ਅੱਗ 'ਤੇ ਕਾਬੂ ਪਾ ਲਿਆ ਗਿਆ। ਮੱਚ ਗਿਆ, ਫਿਟਿੰਗ ਲੱਕੜ ਦੀ ਫਿਟਿੰਗ ਸੀ ਸਾਰੀ, ਮਤਲਬ ਮੱਚ ਗਈ। ਨਹੀਂ ਜੀ, ਇਹਨਾਂ ਦੇ ਕੋਈ ਫਿਰ ਹਾਂਜੀ, ਇਹਨਾਂ ਨੂੰ ਹੁਣ ਸਾਰਾ ਚੈੱਕ ਕਰਕੇ ਇਹਨਾਂ ਨੂੰ ਨੋਟਿਸ ਦਿੱਤਾ ਜਾਏਗਾ। ਫਾਇਰ ਸੇਫਟੀ ਦਾ ਪ੍ਰਬੰਧ ਪਹਿਲਾਂ ਚਾਹੀਦਾ, ਸ਼ੁਰੂ ਕਰਨ ਤੋਂ ਪਹਿਲਾਂ ਫਾਇਰ ਸੇਫਟੀ ਦਾ ਪ੍ਰਬੰਧ, ਪਰ ਪਬਲਿਕ ਨਹੀਂ ਮੰਨ ਕਰਦੀ। ਹਾਂਜੀ, ਅੱਗ 'ਤੇ ਕਾਬੂ ਪਾ ਲਿਆ ਗਿਆ। ਜ਼ਰੂਰੀ ਹੈ ਜੀ, ਫਾਇਰ ਸੇਫਟੀ ਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ, ਮਤਲਬ ਜਿਵੇਂ ਇੰਨਾ ਵੱਡਾ ਨੁਕਸਾਨ ਹੋ, ਜੇ ਫਾਇਰ ਸੇਫਟੀ ਦਾ ਪ੍ਰਬੰਧ ਹੁੰਦਾ ਤਾਂ ਇੰਨਾ ਨੁਕਸਾਨ ਨਹੀਂ ਹੁੰਦਾ ਸੀ।